ਲੱਖ ਰੁਪਇਆ ਕਰਜ਼ਾ ਹੈ ਅਤੇ ਅਸੀਂ ਇੰਨੀ ਪੇਸ਼ਗੀ ਅਦਾ ਨਹੀਂ ਕਰ ਸਕਦੇ। ਸਾਡਾ ਦਿਲ ਕਰਦਾ ਅਸੀਂ ਇੱਥੋਂ ਆਜ਼ਾਦ ਹੋਈਏ ਛੇਤੀ, ਅਤੇ ਸਾਡਾ ਦਿਲ ਕਰਦਾ ਅਸੀਂ ਸਕੂਲ ਜਾਈਏ ਪੜ੍ਹੀਏ ਲਿਖੀਏ। ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ? ਸਾਨੂੰ ਇੱਥੇ 2 ਸਾਲ ਹੋ ਗਏ। ਅਤੇ ਅਸੀਂ ਤੁਹਾਡੇ ਲਈ ਦੁਆ ਕਰਾਂਗੇ, ਖੁਦਾਵੰਦ ਤੁਹਾਡੀ ਮਦਦ ਕਰੇ ਅਤੇ ਇਸ ਕੰਮ ਤੋਂ ਆਜ਼ਾਦ ਕਰੇ। ਠੀਕ ਹੈ। ਮੇਰਾ ਨਾਮ ਸਜਾਦ ਹੈ, ਮੇਰੀ 11 ਸਾਲ ਉਮਰ ਹੈ। ਅਸੀਂ ਆਹ ਤਿੰਨੋਂ ਭਰਾ ਵਾਂ, ਅਸੀਂ ਆਹ ਭੱਠੇ 'ਤੇ ਕੰਮ ਕਰ ਰਹੇ ਹਾਂ। ਪਹਿਲੇ ਮਿੱਟੀ ਨੂੰ ਉੱਥੋਂ ਪੱਟੀਦਾ, ਪੱਟ ਕੇ ਫਿਰ ਵਿੱਚ ਪਾਣੀ ਪਾਈਦਾ, ਪਾਣੀ ਪਾ ਕੇ ਇਧਰੋਂ ਪੜ ਲਾ ਕੇ। ਚਲੋ ਚਲ ਠੀਕ ਹੈ। ਇਹਨੂੰ ਪੱਟਣ ਤੋਂ ਬਾਅਦ ਇਹਦੇ ਵਿੱਚ ਪਾਣੀ ਪਾਣਾ, ਫਿਰ ਹੁਣ ਸ਼ੁਰੂ ਹੋ ਗਈ ਦਰਦ। ਉਸ ਤੋਂ ਬਾਅਦ ਬਣਾਉਣ ਤੋਂ ਬਾਅਦ ਫਿਰ ਜਿਹੜੀ ਉੱਤੇ ਗਾਰਾ ਲੱਗੀ ਉਸ ਤੋਂ ਬਾਅਦ ਐਂਡ ਕੇ ਮਿੱਟੀ ਨੂੰ ਧੋਣਾ ਪੈਂਦਾ, ਰੇਤ ਲਾ ਕੇ ਚੱਲ ਇੱਧਰ ਆ ਜਾ। ਪਾ ਪਾ ਤੂੰ ਵੀ ਪਾ। ਇੱਟਾਂ ਪਾਉਣ ਤੋਂ ਬਾਅਦ ਫਿਰ ਸਕਾਈਦਾ, ਸਕਾ ਕੇ ਫਿਰ ਉਸ ਤਰ੍ਹਾਂ ਜੋੜੀ ਦੀਆਂ ਇੱਟਾਂ। ਇਹ ਕੰਮ ਬੜਾ ਮੁਸ਼ਕਿਲ ਹੈ, ਅਸੀਂ ਤਿੰਨੋਂ ਭਰਾ ਕੰਮ ਕਰਨੇ ਹਾਂ। ਕੰਮ ਕਰਕੇ ਸਾਡੀ ਵਾਲਦਾ ਵੀ ਸਾਡੇ ਨਾਲ ਇੱਟਾਂ ਪਵਾਉਂਦੀ ਹੈ, ਪਰ ਉਹ ਸ਼ਾਮ ਪੈ ਗਈ, ਹੁਣ ਰੋਟੀ ਖਾਣ ਗਈ ਖਾਣਾ ਖਾਣ ਵਾਸਤੇ, ਅਤੇ ਸਿਰਫ ਅਸੀਂ 600 ਇੱਟ ਪਾਉਂਦੇ ਹਾਂ। ਕਿੰਨੇ ਦਾ ਕੰਮ ਹੋ ਜਾਂਦਾ ਤੁਹਾਡਾ? ਸਾਡਾ ਸਿਰਫ 600 ਦਾ ਕੰਮ ਹੋ ਜਾਂਦਾ। ਠੀਕ।